ਸਵਾਰੀਆਂ ਦੇ ਨਾਲ ਭਰੀ ਬੱਸ ਨੂੰ ਪਿੱਛੋਂ ਦੀ ਆ ਕੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਸਵਾਰੀਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਜਦਕਿ ਕਈ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਬੱਸ ਦਾ ਚਾਲਕ ਆਪਣੀ ਬੱਸ ਨੂੰ ਸਾਈਡ ਦੇ ਵਿੱਚ ਲਗਾ ਕੇ ਜਦੋਂ ਬਾਥਰੂਮ ਕਰਨ ਦੇ ਲਈ ਗਿਆ ਤਾਂ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਸਵਾਰੀਆਂ ਜ਼ਮੀਨ ਦੇ ਉੱਤੇ ਖੜੀਆਂ ਸੀ ਹੇਠਾਂ ਉਤਰੀਆਂ ਹੋਈਆਂ ਸੀ ਬੱਸ ਦੇ ਵਿੱਚੋਂ ਤੇ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਬੱਸ ਦਾ ਜੋ ਪਿਛਲਾ ਹਿੱਸਾ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਭੰਨਿਆ ਹੋਇਆ ਨਜ਼ਰ ਆ ਰਿਹਾ ਤੇ ਟਰੱਕ ਚਾਲਕ ਮੌਕੇ ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ ਤਾਂ ਖਬਰ ਸੋਨੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਜਦੋਂ ਇੱਕ ਬੱਸ ਦਾ ਚਾਲਕ ਬਾਥਰੂਮ ਕਰਨ ਦੇ ਲਈ ਗਿਆ ਤਾਂ ਕੁਝ ਸਵਾਰੀਆਂ ਬੱਸ ਦੇ ਵਿੱਚੋਂ ਹੇਠਾਂ ਉਤਰ ਆਈਆਂ ਤੇ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਬਹ 7 ਵਜੇ ਕਰੀਬ ਸੂਚਨਾ ਮਿਲੀ ਸੀ ਕੇਜੀਬੀ ਟੋਲ ਕੇ ਪਾਸ ਐਕਸੀਡੈਂਟ ਹੋ ਗਿਆ ਹੈ ਉਹ ਮੌਕੇ ਪਰ ਜਾ ਕੇ ਦੇਖਿਆ ਤਾਂ ਤੋ ਇਹ ਬੱਸ ਇਸਕੇ ਪਿੱਛੇ ਸੇ ਟਰੱਕ ਨੇ ਹਿੱਟ ਕਰ ਰੱਖਿਆ ਹੈ ਬੱਸ ਕੋ ਵੀ ਸਾਈਡ ਮੇ ਰੋਕ ਕੇ ਔਰ ਸਵਾਰੀਆਂ ਬਾਥਰੂਮ ਕਰਨੇ ਕੇ ਲਈ ਉਤਰੀ ਥੀ ਟਰੱਕ ਵਾਲਾ ਅਭੀ ਤੱਕ ਫਰਾਰ ਹੈ ਜਾਂ ਤੋ ਉਹ ਨਸ਼ੇ ਮੇ ਥਾ ਜਾਂ ਫਿਰ ਨੀਂਦ ਮੇ ਥਾ ਸਰ ਕਿਤਨੇ ਲੋਕੋ ਕੀ ਮੌਤ ਹੋਈ ਹੈ ਕਿਤਨੇ ਲੋਕ ਥੇ ਬੱਸ ਮੇ ਦੋ ਐਟ ਦਾ ਸਪੋਟ ਡੈਡ ਹੈ ਔਰ 5-6 ਲੜਕੇ ਹੈ ਉਹ ਗਾਇਲ ਹੈ ਸਭੀ ਕੋ ਹਸਪਿਟਲ ਭੇਜ ਦਿਆ ਹੈ ਅਭੀ ਤੱਕ ਤੋ ਪ੍ਰਾਰੰਭਿਕ ਜਾਂਚ ਮੇ ਇਹੀ ਆਇਆ ਹੈ ਕਹਾਂ ਕੇ ਰਹਿਣੇ ਵਾਲੇ ਬੱਸ ਕਹਾਂ ਸੇ ਕਹਾਂ ਜਾ ਰਹੀ ਥੀ ਇਹ ਪੂਰਨੀਆ ਬਿਹਾਰ ਸੇ ਆਈ ਥੀ ਕਹਾਂ ਜਾ ਰਹੀ ਥੀ ਇਹ ਭਿਵਾਨੀ ਕੇ ਲੀਏ ਚਲੇ ਥੇ ਸਾਰੇ ਬਿਹਾਰ ਕੇ ਰਹਿਣੇ ਵਾਲੇ ਹੈ ਲੇਬਰ ਤਬਕਾ ਦਾ ਸਾਰਾ ਕਿਤਨੀ ਸਵਾਰੀ ਥੀ ਇਸਮੇ ਬੱਸ ਮੇ ਇਸਮੇ 30-35 ਸਵਾਰੀ ਕੁਝ ਪਹਿਚਾਨੋ ਭਾਈ ਇਹ ਕੋਈ ਮਰਤਕ ਕੌਣ ਥੇ ਨਾਮ ਅਭੀ ਅੱਗੇ ਆਏ ਹੈ ਕਿਆ ਕਿਆ ਨਾਮ ਥਾ ਇੱਕ ਪਵਨ ਹੈ ਇੱਕ ਹੋਰ ਹੈ ਰਾਮਨਾਥ ਪਰਮਾਨੰਦ ਨਾਮ ਦੂਸਰਾ ਜਿਸ ਦੀ ਮੌਤ ਹੋਈ ਹੈ ਜੀ ਮਾਮਲੇ ਦੀ ਜਾਂਚ ਜਾਰੀ ਹੈ ਜੀ ਸਵਾਰੀਆਂ ਦੇ ਨਾਲ ਭਰੀ ਬੱਸ ਨੂੰ ਪਿੱਛੋਂ ਦੀ ਆ ਕੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਸਵਾਰੀਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਜਦਕਿ ਕਈ ਸਵਾਰੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਰਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਬੱਸ ਦਾ ਚਾਲਕ ਆਪਣੀ ਬੱਸ ਨੂੰ ਸਾਈਡ ਦੇ ਵਿੱਚ ਲਗਾ ਕੇ ਜਦੋਂ ਬਾਥਰੂਮ ਕਰਨ ਦੇ ਲਈ ਗਿਆ ਤਾਂ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਪਿੱਛੋਂ ਦੀ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਸਵਾਰੀਆਂ ਜ਼ਮੀਨ ਦੇ ਉੱਤੇ ਖੜੀਆਂ ਸੀ ਹੇਠਾਂ ਉਤਰੀਆਂ ਹੋਈਆਂ ਸੀ ਬੱਸ ਦੇ ਵਿੱਚੋਂ ਤੇ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਬੱਸ ਦਾ ਜੋ ਪਿਛਲਾ ਹਿੱਸਾ ਹੈ ਉਹ ਬਿਲਕੁਲ ਹੀ ਬੁਰੇ ਤਰੀਕੇ ਦੇ ਨਾਲ ਭੰਨਿਆ ਹੋਇਆ ਨਜ਼ਰ ਆ ਰਿਹਾ ਤੇ ਟਰੱਕ ਚਾਲਕ ਮੌਕੇ ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ ਤਾਂ ਖਬਰ ਸੋਨੀਪਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਜਦੋਂ ਇੱਕ ਬੱਸ ਦਾ ਚਾਲਕ ਬਾਥਰੂਮ ਕਰਨ ਦੇ ਲਈ ਗਿਆ ਤਾਂ ਕੁਝ ਸਵਾਰੀਆਂ ਬੱਸ ਦੇ ਵਿੱਚੋਂ ਹੇਠਾਂ ਉਤਰ ਆਈਆਂ ਤੇ ਪਿੱਛੋਂ ਦੀ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਦੋ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਫਿਲਹਾਲ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੁਬਹ 7 ਵਜੇ ਕਰੀਬ ਸੂਚਨਾ ਮਿਲੀ ਸੀ ਕੇਜੀਬੀ ਟੋਲ ਕੇ ਪਾਸ ਐਕਸੀਡੈਂਟ ਹੋ ਗਿਆ ਹੈ ਉਹ ਮੌਕੇ ਪਰ ਜਾ ਕੇ ਦੇਖਿਆ ਤਾਂ ਤੋ ਇਹ ਬੱਸ ਇਸਕੇ ਪਿੱਛੇ ਸੇ ਟਰੱਕ ਨੇ ਹਿੱਟ ਕਰ ਰੱਖਿਆ ਹੈ ਬੱਸ ਕੋ ਵੀ ਸਾਈਡ ਮੇ ਰੋਕ ਕੇ ਔਰ ਸਵਾਰੀਆਂ ਬਾਥਰੂਮ ਕਰਨੇ ਕੇ ਲਈ ਉਤਰੀ ਥੀ ਟਰੱਕ ਵਾਲਾ ਅਭੀ ਤੱਕ ਫਰਾਰ ਹੈ ਜਾਂ ਤੋ ਉਹ ਨਸ਼ੇ ਮੇ ਥਾ ਜਾਂ ਫਿਰ ਨੀਂਦ ਮੇ ਥਾ ਸਰ ਕਿਤਨੇ ਲੋਕੋ ਕੀ ਮੌਤ ਹੋਈ ਹੈ ਕਿਤਨੇ ਲੋਕ ਥੇ ਬੱਸ ਮੇ ਦੋ ਐਟ ਦਾ ਸਪੋਟ ਡੈਡ ਹੈ ਔਰ 5-6 ਲੜਕੇ ਹੈ ਉਹ ਗਾਇਲ ਹੈ ਸਭੀ ਕੋ ਹਸਪਿਟਲ ਭੇਜ ਦਿਆ ਹੈ ਅਭੀ ਤੱਕ ਤੋ ਪ੍ਰਾਰੰਭਿਕ ਜਾਂਚ ਮੇ ਇਹੀ ਆਇਆ ਹੈ ਕਹਾਂ ਕੇ ਰਹਿਣੇ ਵਾਲੇ ਬੱਸ ਕਹਾਂ ਸੇ ਕਹਾਂ ਜਾ ਰਹੀ ਥੀ ਇਹ ਪੂਰਨੀਆ ਬਿਹਾਰ ਸੇ ਆਈ ਥੀ ਕਹਾਂ ਜਾ ਰਹੀ ਥੀ ਇਹ ਭਿਵਾਨੀ ਕੇ ਲਈ ਚਲੇ ਥੇ ਸਾਰੇ ਬਿਹਾਰ ਕੇ ਰਹਿਣੇ ਵਾਲੇ ਹੈ ਲੇਬਰ ਤਬਕਾ ਦਾ ਸਾਰਾ ਕਿਤਨੀ ਸਵਾਰੀ ਥੀ ਇਸਮੇ ਬੱਸ ਮੇ ਇਸਮੇ 30-35 ਸਵਾਰੀ ਕੁਝ ਪਹਿਚਾਨੋ ਭਾਈ ਇਹ ਕੋਈ ਮਰਤਕ ਕੌਣ ਥੇ ਨਾਮ ਅਭੀ ਅੱਗੇ ਆਏ ਹੈ ਕਿਆ ਕਿਆ ਨਾਮ ਥਾ ਇੱਕ ਪਵਨ ਹੈ ਇੱਕ ਹੋਰ ਹੈ ਰਾਮਨਾਥ ਪਰਮਾਨੰਦ ਨਾਮ ਦੂਸਰਾ ਜਿਸ ਦੀ ਮੌਤ ਹੋਈ ਹੈ ਜੀ ਮਾਮਲੇ ਦੀ ਜਾਂਚ ਜਾਰੀ ਹੈ ਜੀ